ਇਹੋ ਜੀ ਕਿਹੜੀ ਚੀਜ਼ ਆ ਜਿਹੜੀ ਤੁਸੀਂ ਅੱਜ ਵੀ ਲੈਣ ਤੋਂ ਤੁਹਾਨੂੰ ਸੰਗ ਆਉਂਦੀ ਵੀ ਨਹੀਂ ਯਾਰ ਆ ਨਹੀਂ ਮੈਂ ਚੀਜ਼ ਲੈ ਸਕਦਾ ਨਹੀਂ ਸੰਗ ਤਾਂ ਜੀ ਚਲੋ ਆਉਂਦੀ ਆ ਪਰ ਲੈਣੀ ਤਾਂ ਵੀ ਪੈਂਦੀ ਹੋਵੇ ਜੀ ਉਹ ਇਹ ਜੀ ਮੈਂ ਨਾ ਅਸਲ ਚ ਛੋਟੇ ਹੁੰਦੇ ਸਾਡੇ ਜਿੱਥੇ ਪੜ੍ਹਦੇ ਸੀ ਅਸੀਂ ਮਲੋਹ ਸਕੂਲ ਚ ਉਹਦੇ ਕੋਲ ਅਸੀਂ ਛੋਟੇ ਹੁੰਦੇ ਮੈਂ ਕਹਿੰਦਾ ਸਾਰੇ ਹੀ ਖਾਂਦੇ ਸੀ ਕੁਲਚੇ ਖਾਂਦੇ ਹੁੰਦੇ ਸੀਗੇ ਜੀ ਉਹ ਰੇੜੀਆਂ ਵਾਲੇ ਉਹ ਮੈਂ ਹੈਰਾਨ ਆ ਜੀ ਉਹ ਹਜੇ ਵੀ ਉਸ ਜਿਹੇ ਪਏ ਨੇ ਤੇ ਕੁਲਚੇ ਵੀ ਉਨੀ ਸਵਾਦ ਬਣਾਉਂਦੇ ਜੀ ਹੁਣ ਇਹ ਹੁੰਦਾ ਜੀ ਮਲੋਹ ਜਦੋਂ ਹੁੰਦਾ ਮੈਂ ਉੱਥੇ ਫਿਰ ਕਈ ਵਾਰ ਸੰਗ ਜੀ ਆਉਂਦੀ ਲੱਗੂ ਯਾਰ ਆ ਰੇੜੀ ਤੇ ਕਿਹੜਾ ਕੁਲਚੇ ਖਾਈ ਜਾਂਦਾ ਵੀ ਉਤੋਂ ਥੋੜੀ ਆਉਂਦੀ ਹੁੰਦੀ ਜੀ ਸੰਗ ਪਰ ਖੰਡ ਤਾਂ ਮੈਂ ਤਾਂ ਵੀ ਆ ਜੀ ਐਂ ਤਾਂ ਫਿਰ ਆਪਾਂ ਦੱਬਦੇ ਨਹੀਂ ਕੁਲਚਾ ਤਾਂ ਖਾਣਾ ਹੀ ਆ ਜੀ ਫਿਰ ਨਹੀਂ ਪਰ ਇੰਨਾ ਕੁ ਹੋ ਗਿਆ ਜੀ ਹੁਣ ਰੇੜੀਆਂ ਵਾਲੇ ਵੀ ਥੋੜੀ ਜਿੱਦ ਕਰਦੇ ਨਾ ਹੁਣ ਉਹ ਗੱਡੀ ਚ ਕੁਲਚਾ ਦੇ ਦਿੰਦੇ ਨੇ ਹਾਂਜੀ ਫਿਰ ਤੁਸੀਂ ਇੱਦਾਂ ਨੀ ਕਹਿ ਸਕਦੇ ਥੋੜੀ ਜਿਹੀ ਹੋਰ ਇੱਜ਼ਤ ਵਧੀ ਆ ਤੁਹਾਡੀ ਯਾਰ ਨਹੀਂ ਕਿਰਪਾ ਜੀ ਮਹਾਰਾਜ